ਸਾਸੀ ਗੱਲ ਦੋਸਤੋ ਤੇ ਇਸ ਟਾਈਮ ਅਸੀਂ ਰਾਜਸਥਾਨ ਏਰੀਆ ਚ ਐਂਟਰ ਹੋ ਚੁੱਕੇ ਆ ਤੇ ਅਸੀਂ ਜਾ ਰਹੇ ਆ ਉੱਥੇ ਅਸੀਂ ਦੋ ਬਾਪੂ ਬੈਠੇ ਦੇਖੇ ਨੇ ਮੈਨੂੰ ਲੱਗਦਾ ਦੋਵੇਂ ਭਰਾ ਨੇ ਬਾਕੀ ਆਪਾਂ ਗੱਲਬਾਤ ਕਰਦੇ ਆ ਖੇਤ ਦੇ ਵਿੱਚ ਉਹ ਆਪਣੀ ਚਾਹ ਬਣਾ ਰਹੇ ਨੇ ਜਾਂ ਕਿਵੇਂ ਵੀ ਕੰਮ ਕਰ ਕਰਦੇ ਨੇ ਹਨਾ ਤਾਂ ਅਸੀਂ ਸੋਚਿਆ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਅੱਜ ਦੋਸਤੋ ਕਰਦੇ ਆ ਗੱਲਬਾਤ ਲੋ ਜੀ ਦੋਸਤੋ ਅਸੀਂ ਬਾਪੂ ਜੀ ਕੋਲ ਪਹੁੰਚ ਚੁੱਕੇ ਹਾਂ ਬਾਪੂ ਜੀ ਚਾਹ ਬਣਾਉਣ ਲੱਗੇ ਸੀ ਅਸੀਂ ਦੇਖਿਆ ਰੋਡ ਤੇ ਜਾਂਦੇ ਕਿ ਬਾਪੂ ਜੀ ਚਾਹ ਬਣਾ ਰਹੇ ਨੇ ਵਾ ਚਲ ਬਾਪੂ ਜੀ ਨੂੰ ਮਿਲ ਕੇ ਆਉਣੇ ਆ ਬਾਪੂ ਜੀ ਤੁਸੀਂ ਖੇਤ ਦੇ ਵਿੱਚ ਹੀ ਚਾਹ ਬਣਾ ਰਹੇ ਹੋ ਆਪਣੀ ਰੋਜ਼ ਹੀ ਬਣਾਉਂਦੇ ਹੋ ਹਾਂ ਰੋਜ਼ ਅੱਛਾ ਤੇ ਘਰ ਕਿੰਨੀ ਕੁ ਦੂਰ ਐਥੋਂ ਹਾਂ 3 ਕਿਲੋਮੀਟਰ ਅੱਛਾ ਅੱਛਾ ਠੀਕ ਹੈ ਤੇ ਇਹ ਬਾਪੂ ਜੀ ਤੁਹਾਡੇ ਭਰਾ ਨੇ ਵਾ ਭਾਈ ਹੈ ਅੱਛਾ ਤੁਸੀਂ ਭਰਾ ਇਕੱਠੇ ਖੇਤੀ ਕਰਦੇ ਹੋ ਖੇਤੀ ਕਿੰਨੇ ਕਿੱਲੇ ਨੇ ਜੀ ਆਪਣੇ ਕੋਲ ਇੱਥੇ ਉਹ ਹੈ ਸਾਢੇ 12 ਸਾਢੇ 12 ਕਿੱਲੇ ਠੀਕ ਹੈ ਜੀ ਸਾਰਾ ਨਰਮਾ ਹੀ ਬੀਜਦੇ ਹੋ ਨਾ ਸਾਰੇ ਮਗਵਾਰ ਹੈ ਨਰਮੂ ਹੈ ਅੱਛਾ ਅੱਛਾ ਬਾਕੀ ਡੰਗਰਾਂ ਵਾਸਤੇ ਮੱਕੀ ਵਗੈਰਾ ਮੱਕੀ ਹੋਰ ਗੱਟਪਟੀਆ ਜਵਾਰ ਹੈ ਜਵਾਰ ਠੀਕ ਹੈ ਕਿ ਵਧੀਆ ਮਤਲਬ ਗੁਜ਼ਾਰਾ ਹੋਈ ਜਾਂਦਾ ਹਾਂ ਠੀਕ ਠੀਕ ਹੈ ਕਣਾ ਵੱਡੀ ਆਮ ਤਾਂ ਪਾਣੀ ਕੋ ਨਹੀਂ ਰਹਾ ਪਾਣੀ ਨਹੀਂ ਹੈਗਾ ਪਾਣੀ ਕੋ ਨਹੀਂ ਹੈ ਮਿੱਠਾ ਤਲਸ਼ੀ ਮਿੱਠੀ ਕੋ ਨਹੀਂ ਨਾਲੇ ਕਹਿੰਦੇ ਪਾਣੀ ਤਾਂ ਉੱਪਰ ਹੀ ਆ 7-8 ਫੁੱਟ ਦੱਸਤੇ ਹਾਂ ਹੈ ਪਰ ਉਹ ਕਣਾ ਮਿੱਠਾ ਕੋ ਨਹੀਂ ਮਿੱਠਾ ਨਹੀਂ ਹੈ ਗੜ ਕੋ ਨਹੀਂ ਖੜੇ ਰਤ ਕੋ ਨਹੀਂ ਹਾਂ ਖਾਰਾ ਪਾਣੀ ਆ ਦੋਸਤੋ ਪਾਣੀ ਮਿੱਠਾ ਨਹੀਂ ਹੈਗਾ ਤੇ ਜਿਵੇਂ ਤੁਹਾਨੂੰ ਆਸ ਹੁੰਦੀ ਹੈ ਕਿ ਮੀਂਹ ਪੈ ਜੇ ਹਾਂ ਮੀਂਹ ਮੀਂਹ ਤੇ ਮੀਂਹ ਹੁੰਦਾ ਹੈ ਇਹ ਤਾਂ ਪਰਮਾਤਮਾ ਦੇ ਹੱਥ ਹੈ ਜਦੋਂ ਪੈ ਜੇ ਆਪਣਾ ਕੰਮ ਚੱਲ ਜਾਂਦਾ ਹੈ ਚੱਲ ਜਾਵੇ ਹਾਂ ਜਿਹੜਾ ਹੁਣ ਪਾਣੀ ਲਾਉਂਦੇ ਹੋਏ ਕਿੱਥੋਂ ਨਹਿਰ ਦਾ ਪਾਣੀ ਹੈ ਹਾਂ ਨਹਿਰ ਕੋ ਠੀਕ ਹੈ ਜਿਵੇਂ ਅਸੀਂ ਰਸਤੇ 'ਚ ਦੇਖਿਆ ਕਿ ਪਾਣੀ ਸਟਾਕ ਕੀਤਾ ਹੋਇਆ ਉਹਨਾਂ ਨੇ ਸਟਾਕ ਕੋ ਨਹੀਂ ਤੁਹਾਡੇ ਕੋਲ ਉਹ ਸਿਸਟਮ ਨਹੀਂ ਹੈਗਾ ਡਿੱਗੀ ਵਾਲੋ ਹਾਂ ਹਾਂ ਬ ਕੋ ਨਹੀਂ ਠੀਕ ਹੈ ਉਹ ਉਹਨਾਂ ਦੀ ਜ਼ਿਆਦਾ ਖੇਤੀ ਹੋਣੀ ਉਹ ਤਾਂ ਕਰਦੇ ਹੁਣ ਸਟਾਕ ਨਾ ਜ਼ਿਆਦਾ ਕੋਈ ਨਹੀਂ ਹੋਇਆ ਬੋਨੀ ਕਰ ਲੈ ਟੁਗਲਟਾ ਵੇਲਾ ਉਹਨੂੰ ਠੋਕਰ ਕੇ ਫਿਰ ਲਗਾ ਲੈ ਅੱਛਾ ਠੀਕ ਹੈ ਚਲੋ ਕੰਮ ਮਤਲਬ ਠੀਕ ਚੱਲ ਰਿਹਾ ਤੁਹਾਡਾ ਹਾਂ ਕੰਮ ਠੀਕ ਚੱਲ ਰਿਹਾ ਹੈ ਅੱਛਾ ਵਧੀਆ ਗੱਲ ਹੈ ਤਾਂ ਤੁਸੀਂ ਸਾਰਾ ਇੰਤਜ਼ਾਮ ਕੀਤਾ ਹੈ ਪਾਣੀ ਰੱਖਿਆ ਚਾਹ ਵਾਹ ਹੁੱਕ ਹੁੱਕਾ ਵੀ ਹੈ ਹਾਂ ਠੀਕ ਹੈ ਠੀਕ ਹੈ ਬਾਪੂ ਜੀ ਤੁਸੀਂ ਇੰਨੀ ਉਮਰ ਤੁਹਾਡੀ ਕਿੰਨੀ ਕੁ ਉਮਰ ਹੋ ਗਈ 60 ਸਾਲ ਹੋ ਗਈ 60 ਸਾਲ ਹਾਂ ਤੁਸੀਂ ਐਨੀ ਉਮਰ ਵਿੱਚ ਵੀ ਆਪ ਕੰਮ ਕਰਦੇ ਹੋ ਹਾਂ ਜੀ ਠੀਕ ਕੋਈ ਦਿਹਾੜੀਦਾਰ ਬੰਦਾ ਨਹੀਂ ਨਹੀਂ ਜਾੜੀ ਲਗਾ ਦਿਆਂ ਕੰਮ ਸਿਰ ਹੋਏ ਤਾਂ ਅੱਛਾ ਕੋਈ ਜ਼ਿਆਦਾ ਕੰਮ ਹੋਵੇ ਦਿਹਾੜੀਦਾਰ ਲਾ ਲਿਆ ਲਵਾ ਦਿਆਂ ਕਟਾਵ ਵਡਾਈ ਕਰਾ ਦਿਆਂ ਕਣਕ ਕਡਾਲਿਆਂ ਸੁਗਾਈ ਕਰਾ ਲਿਆਂ ਅੱਛਾ ਅੱਛਾ ਠੀਕ ਹਾਂ ਉਹ ਤਾਂ ਕੰਮ ਕਰਾਉਣਾ ਹੀ ਪੈਂਦਾ ਇਹ ਵਲ ਤੇ ਫੜੀ ਕੱਟ ਦਿਆਂਗਾ ਲੈ ਵੇ ਜੋ ਕੰਮ ਤਿਆਰ ਸੁਗਾਈ ਚੁਗਾਈ ਨਾ ਜੀ ਠੀਕ ਹੈ ਤੇ ਆਪਣੇ ਬੱਚੇ ਕਿੰਨੇ ਨੇ ਜੀ ਦੋ ਠੀਕ ਹੈ ਉਹਦਾ ਵਧੀਆ ਪੜੇ ਲਿਖੇ ਹੋਣੇ ਹਾਂ ਪੜੇ ਇੱਕ ਤਾਂ ਬੀਏ ਪਾਸ ਕਰਦੀ 16 ਠੀਕ ਹੋਜ ਕੇ ਤਿਆਰੀ ਕਰਾ ਫੋਜੀ ਹਾਂ ਅਰ ਬੋਏ ਕੇ ਬਰ ਮਿਲ ਜਾਏ ਠੀਕ ਹੈ ਮਤਲਬ ਵਧੀਆ ਗੱਲ ਨੂੰ ਨੌਕਰੀ ਮਿਲ ਜੇ ਸਰਕਾਰੀ ਹਾਂ ਮੈਂ ਰੱਖ ਤਕਦੀਰ ਕੰਮ ਕਰੇ ਤੋ ਇੱਕ ਡਾ ਮਿਲ ਗਈ ਅੱਛਾ ਇੱਕ ਨੰਬਰ ਕਮ ਰਹਿ ਗਿਆ ਅੱਛਾ ਇੱਕ ਕੰਮ ਠੀਕ ਹੈ ਹੁਣ ਉਹਨਾਂ ਦੇ ਸ਼ੌਂਕ ਹੈ ਫੌਜ ਚ ਜਾਣਾ ਹਾਂ ਚਲੋ ਮਿਲ ਜੇਗੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਤੇ ਅਸੀਂ ਇਹ ਵੀ ਹੈ ਵਰਤੀ ਹੈ 24 ਤਰੀਕ ਨੂੰ 24 ਤਰੀਕ ਨੂੰ ਠੀਕ ਹੈ ਠੀਕ ਜਿਹੜਾ ਇੱਥੇ ਇੱਕ ਸੈਂਟਰ ਬਣਿਆ ਹੋਇਆ ਉੱਥੇ ਜਾਂਦੇ ਨੇ ਉਹ ਕਿ ਆਪਣਾ ਵੈਸੇ ਗਰਾਊਂਡ 'ਚ ਗਰਾਊਂਡ ਆ ਗਰਾਊਂਡ ਸੈਂਟਰ ਤੋਂ ਬੰਨਣਾ ਵੈ ਜਿੰਮ ਮਾਰਨੇ ਆ ਅੱਛਾ ਜਿੰਮ ਅੱਜ ਸਰੀਰ ਫਲਾਣਾ ਵਰਕ ਕਰਨਾ ਅੱਛਾ ਬੋਲੇ ਪੂਰੀ ਤਿਆਰੀ ਕਰ ਰੱਖੀ ਆ ਹਾਂ ਪੂਰੀ ਚਲੋ ਵਧੀਆ ਫਿਰ ਤਾਂ ਬਣਨੀ ਚਾਹੀਦੀ ਏ ਗੱਲ ਅੱਛਾ ਤੁਹਾਡੇ ਕੋਲ ਊਠ ਵੀ ਹੈਗਾ ਬਾਪੂ ਜੀ ਹਾਂ ਊਠ ਮਰਿਓ ਅੱਜ ਕੱਲ ਤਾਂ ਇੰਨਾ ਜ਼ਮਾਨਾ ਬਦਲ ਗਿਆ ਟਰੈਕਟਰ ਲੋਕ ਰੱਖਦੇ ਨੇ ਗੱਡੀਆਂ ਰੱਖਦੇ ਨੇ ਤੁਸੀਂ ਮਤਲਬ ਜਿਹੜਾ ਪੁਰਾਣਾ ਸੱਭਿਆਚਾਰ ਆ ਆਪਣੇ ਦੇਸ਼ ਦਾ ਪੰਜਾਬ ਰਿਆਣਾ ਰਾਜਸਥਾਨ ਦਾ ਤੁਸੀਂ ਊਠ ਅੱਜ ਵੀ ਰੱਖਿਆ ਹੋਇਆ। ਮੈਂ ਕਮਲ ਦੂੰਗੇ ਮੈਂ। ਪਿਆਜ ਜੀ ਥਾਨੇ। ਨਾ ਬਾਪੂ ਜੀ ਅਸੀਂ ਨਾ ਥੋੜਾ ਜਲਦੀ ਜਾਣਾ ਮੈਂ। ਮੈਂ ਕੋਈ ਬਾਤ ਨਹੀਂ। ਹਾਂ ਕੋਈ ਨਾ ਚਾਹ ਸੀ ਪੀ ਕੇ ਆਈ ਸੀ। ਨਾ ਚਾਹ ਜੀ ਚਾਹ ਪਿਆ ਦਿਓ ਬੈਠੋ ਕੋਈ। ਤੇ ਤੁਸੀਂ ਮੈਨੂੰ ਊਠ ਬਾਰੇ ਦੱਸੋ। ਹਾਂ। ਮਤਲਬ ਅੱਜ ਕੱਲ ਤਾਂ ਲੋਕ ਬਹੁਤ ਇਹ ਚੀਜ਼ਾਂ ਤੋਂ ਚੱਲਦੇ ਨਹੀਂ ਵੀ ਅਸੀਂ ਕੀ ਸੰਭਾਂਗੇ ਟਰੈਕਟਰ ਤੇ ਸਲਫ ਮਾਰਨੀ ਹੈ। ਹਾਂ ਸਾਰੇ ਟਰੈਕਟਰ ਹੀ ਘਰ ਘਰ ਹੋ ਰਹੇ ਆ ਟਰੈਕਟਰ। ਕਿਰਾਇਆ ਲਿਆਵਾ ਟਰੈਕਟਰ ਆਪਾਂ। ਅੱਛਾ ਟਰੈਕਟਰ ਕਗਾ। 7-10 ਲੱਖ ਰੁਪਏ ਚਾਹੀਏ। ਕਿਰਾਇਆ ਵਿਆਜ-ਵਿਆਜ ਮੇ ਕਿਆ ਬਾਤ ਹੈ ਦੇਖੋ ਦੋਸਤੋ ਕਹਿੰਦਾ ਵੀ ਜੇ ਆਪ 10 ਲੱਖ ਰੁਪਏ ਅੱਠ ਟਰੈਕਟਰ ਤੇ ਲਾਉਣਾ ਹੈ ਜੋ ਦੀ ਵਿਆਜ ਦੇਖੀਏ ਉਹਦੀ ਵਿਆਜ ਦੇ ਨਾਲ ਹੀ ਅਸੀਂ ਵਾਈ ਹੋ ਜੇ ਹਰਿਓ ਕਨ ਬਰੋਟੀ ਪੂਲੀ ਨਹੀਂ ਹੈ ਆਪਣੇ ਹਾਂ ਨਾਲੇ ਨਰਮਕਵਾਸ ਮੈਂ ਤੇ ਫੜੀ ਕੱਢ ਲਿਆ ਅੱਛਾ ਚਾ ਨਾਲੇ ਮਤਲਬ ਇੱਕ ਜਾਨਵਰ ਹੈਗਾ ਆਪਣੇ ਕੋਲ ਹਨਾ ਨਾਲੇ ਤਾਂ ਇੱਕ ਬੰਦਾ ਜਿਹੜਾ ਆਪਣਾ ਸੱਭਿਆਚਾਰਾ ਪੁਰਾਣਾ ਊਠ ਨਾਲ ਖੇਤੀ ਕਰਦੇ ਸੀ ਬਲਦਾਂ ਨਾਲ ਉਹ ਇੱਕ ਸੰਭਿਆ ਹੋਇਆ ਤੁਸੀਂ ਬੜੀ ਵਧੀਆ ਗੱਲ ਹੈ ਜੀ ਕਿਉਂਕਿ ਅੱਜ ਦੇ ਟਾਈਮ 'ਚ ਬਹੁਤ ਘੱਟ ਲੋਕ ਰੱਖਦੇ ਨੇ ਰੱਖੇ ਰੱਖੇ ਹਾਂ ਹਰੇਕ ਜਿਹੜੇ ਨਵੀਂ ਜਨਰੇਸ਼ਨ ਹੈ ਨਾ ਉਹ ਪਤਾ ਕੀ ਕਰਦੇ ਨੇ ਬਸ ਸਲਫ ਮਾਰੀ ਟਰੈਕਟਰ ਨੂੰ ਚਲੋ ਜੀ ਚਲ ਬਾਈ ਗੱਡੀ ਐ ਪੈਰਾ ਤਲਾ ਹਾਂ ਗੱਡੀ ਥੱਲੇ ਤਾਂ ਪੈਰ ਨਹੀਂ ਲਾਉਂਦੇ ਹਾਂ ਮੋਟਰਸਾਈਕਲ ਆ ਭਰੇ ਆਵੇਂ ਹਾਂ ਤੁਸੀਂ ਉਠਦੇ ਆਉਂਦੇ ਹੋ ਹਾਂ ਦੋਵੇਂ ਭਰਾ ਹਾਂ ਤੁਹਾਡੇ ਦੋਵਾਂ ਭਰਾਵਾਂ ਦਾ ਪਿਆਰ ਵਾਧੂ ਹੈ ਹਾਂ ਠੀਕ ਆ ਮਿਲ ਕੇ ਰਹਿੰਦੇ ਹੋ ਦੋਵੇਂ ਹਾਂ ਠੀਕ ਆ ਵੱਡਾ ਕਿਹੜਾ ਜੀ ਤੁਹਾਡੇ ਚੋਂ ਹੈ ਵੱਡਾ ਭਾਈ ਕਿਹੜਾ ਤੁਹਾਡੇ ਦੋਵਾਂ ਚੋਂ ਵਾ ਭਗਵਾਨ ਨੇ ਪਿਆਰਾ ਹੋ ਗਿਆ ਅੱਛਾ ਉਸ ਤੋਂ ਬਾਅਦ ਤੁਸੀਂ ਫਿਰ ਆਏ ਨੇ ਤਿੰਨ ਭਰਾਓ ਹੂੰ ਚਲੋ ਠੀਕ ਹੈ ਬਾਪੂ ਜੀ ਅਸੀਂ ਚੱਲਦੇ ਆਂ ਨਹੀਂ ਨਹੀਂ ਚਾਹ ਪੀਵਾਂਗਾ ਯਾਰ ਕੋਈ ਗੱਲ ਦੋ ਮਿੰਟ ਬਤਾਓ ਚੱਲ ਬਾਲ ਲਵਾ ਕੇ ਤੁਸੀਂ ਬਤਰਾਵਾਂਗਾ ਦੋ ਮਿੰਟ ਆਪਾਂ ਹੂੰ ਕੀ ਬਾਤ ਹੋ ਗਈ ਪਟਿਆਲੋ ਕਿਉਂ ਰਹੀ ਐ ਯਾਰ ਆਦਮੀ ਆਦਮੀ ਕਿਰ ਕੁਝ ਵੀ ਦੇਖਾ ਜਾ ਹਾਂ ਤਾਂ ਕੋਈ ਨਹੀਂ ਖਾ ਜਾ ਹੂੰ ਹੂੰ ਬਾਕੀ ਕੋ ਕੋ ਕੋਣ ਵੀ ਆਦਮੀ ਆਦਮੀ ਨੇ ਵੇਖਿਆ ਹੋਇਆ ਹਾਂਜੀ ਹਾਂਜੀ ਹੈ ਤੇ ਦੋਸਤੋ ਬੱਦਲ ਵੀ ਗੱਜ ਰਿਹਾ ਆ ਮੈਂ ਤੇਰਾ ਬਤਾਵਨ ਪਟਿਆਲਾ ਦਾ ਹਾਂ ਤੇਰਾ ਪਟਿਆਲੇ ਤੋਂ ਅਸੀਂ ਹਾਂ ਆ ਸਾਡਾ ਸ਼ਹਿਰ ਪਾਤੜਾ ਹੈ ਜੀ ਪਾਤੜਾ ਹਾਂ ਖਰਸ਼ੀ ਪੜਦੀ ਆ ਵਾ ਇਹ ਪੈ ਜਾਂਦਾ ਜੱਖਲ ਤੋਂ ਦੂਜੀ ਸਾਈਡ ਅੱਗੇ ਜਾ ਕੇ ਹਾਂ ਆ ਜ ਵਰਸਾਤ ਆ ਬਰਸਾਤ ਉੱਥੇ ਵਾਦੂ ਵਾਦੂ ਹਾਂ ਕੱਤਾ ਲਿਆ ਵੜੋਂ ਪਰ ਚਲ ਉੱਥੇ ਬਰਸਾਤਾਂ ਪੈ ਰਹੀ ਨਹੀਂ ਇਸ ਟਾਈਮਾਂ ਜਿਵੇਂ ਇੱਕ ਦੋ ਦਿਨਾਂ ਬਾਅਦ ਪੈ ਜਾਂਦੀ ਹੈ ਅੱਛਾ ਹਾਂ ਜੀਰੀ ਲਾ ਰੱਖੀ ਆ ਸਾਰੇ ਲੋਕਾਂ ਨੇ ਹਾਂ ਪਾਣੀ ਥੱਲਾ ਜਿਹੜਾ ਧਰਤੀ ਦਾ ਖਤਮ ਕਰ ਰਹੇ ਨੇ ਪੂਰਾ ਜ਼ੋਰ ਲਾ ਰੱਖਿਆ ਪਾਣੀ ਖਤਮ ਕਰਨ ਦਾ ਉਹਨਾਂ ਨੇ ਸੌਂ ਖਾ ਲਈ ਲੋਕਾਂ ਨੇ ਕੀ ਅਸੀਂ ਪਾਣੀ ਖਤਮ ਕਰਕੇ ਛੱਡਣਾ ਹੈ ਹਾਂ ਵੀ ਅਸੀਂ ਕੁਝ ਨਹੀਂ ਛੱਡਣਾ ਧਰਤੀ ਦੇ نیچے ਪਾਣੀ ਸਾਰਾ ਖਤਮ ਕਰ ਦੇਣਾ ਹਾਂ ਹੁਣ ਉਹਨਾਂ ਨੂੰ ਕੌਣ ਸਮਝਾਵੇ ਵੀ ਇਹਨੂੰ ਬਚਾ ਲਓ ਜੇ ਗਵਾਚ ਗਿਆ ਫਿਰ ਫਿਰ ਹੱਥ ਨਹੀਂ ਆਣਾ ਉਹ ਵੇਲਾ ਹਾਂ ਹੁਣ ਬਾਪੂ ਜੀ ਤੁਸੀਂ ਦੱਸੋ ਵੀ ਤੁਹਾਡੇ ਇੱਥੇ ਪਾਣੀ ਦੀ ਕਮੀ ਹੈ ਬਹੁਤ ਔਖਾ ਹੁੰਦਾ ਹਣਾ ਹਾਂ ਹਾਂ ਐ ਪਾਣੀ ਮੇਰੇ ਹੋ ਗਏ ਪੰਚਕੇ ਪਾਣੀ ਖੇਤਾਂ ਮੇ ਰਹੇ ਚੋਂ ਕਾਟ ਕਾਟ ਕੇ ਬੋਰੇ ਕੋ ਹੂੰ ਠੀਕ ਆ ਦੋਸਤੋ ਇਹ ਇਹ ਦੋਵੇਂ ਭਰਾ ਨੇ ਦੇਖੋ ਕਿੰਨਾ ਪਿਆਰ ਹੈ ਇਕੱਠੇ ਖੇਤ ਚ ਇੱਥੇ ਚਾਹ ਬਣਾਉਂਦੇ ਨੇ ਪੀਂਦੇ ਨੇ ਕੰਮਕਾਰ ਕਰਦੇ ਨੇ ਹਣਾ ਹੁਣ ਇਸ ਟਾਈਮ ਗੋਡੀ ਚੱਲ ਰਹੀ ਹੈ ਨਰਮਿਆਂ ਦੀ ਕਪਾਹ ਦੀ ਤੇ ਇਨਾ ਨੇ ਪੱਠੇ ਵੀ ਵੱਢ ਕੇ ਲੈ ਜਾਣੇ ਹੁੰਦੇ ਨੇ ਡੰਗਰਾਂ ਵਸਤੀ ਸਾਰਾ ਕੰਮ ਇਕੱਠੇ ਕਰਦੇ ਨੇ ਕਿੰਨਾ ਪਿਆਰ ਹੈ ਨਹੀਂ ਤਾਂ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਭਰਾ ਭਰਾ ਦਾ ਕਿੱਥੇ ਇਕੱਠੇ ਰਹਿੰਦੇ ਨੇ ਹਨਾ ਬਹੁਤ ਜ਼ਮਾਨਾ ਬਦਲ ਗਿਆ ਹੈ ਬਦਲ ਗਿਆ ਹੈ ਜੀ ਤੇ ਸਾਡੀ ਇਹੀ ਬੇਨਤੀ ਹੈ ਸਾਰਿਆਂ ਅੱਗੇ ਕਿ ਪਾਣੀ ਬਚਾਓ ਰੁੱਖ ਲਾਓ ਤੇ ਪ੍ਰਾਣਾ ਸੱਭਿਆਚਾਰ ਆਪਣੇ ਨਾਲ ਜੋੜੋ ਉਸ ਨਾਲ ਤੇ ਕੰਮ ਕਰ ਕਰੋ ਆਪਣੇ ਮਾਪਿਓ ਦੀ ਇੱਜ਼ਤ ਕਰੋ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਨੂੰ ਪੜਾ ਲਿਖਾ ਕੇ ਇੱਥੇ ਤੱਕ ਪਹੁੰਚਾਇਆ ਹੈ ਹੁਣ ਇਹ ਬਾਪੂ ਦੋਵੇਂ ਕਿੰਨੀ ਮਿਹਨਤ ਕਰ ਰਹੇ ਨੇ ਖੇਤ 'ਚ ਇਹ ਆਪਣੇ ਮੁੰਡੇ ਨੂੰ ਪੜ੍ਹਾ ਰਹੇ ਨੇ ਕਿ ਉਹ ਨੌਕਰੀ ਲੱਗ ਜੇ ਤੇ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਜਿਵੇਂ ਵੀ ਪਿੰਡ ਦੇ ਵਿੱਚੋਂ ਇੱਕ ਇੱਕ ਘਰ ਦੇ ਵਿੱਚ ਨੌਕਰੀ ਦਿੱਤੀ ਜਾਵੇ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਕੋਈ ਪੁਲਿਸ 'ਚ ਜਾਂ ਕਿਸੇ ਵੀ ਮੈਕਮੇ 'ਚ ਲੱਗੇ ਤਾਂ ਉਹਨਾਂ ਦਾ ਘਰ ਦਾ ਰੋਜ਼ਗਾਰ ਚੱਲ ਸਕੇ ਤਾਂ ਇਹੀ ਕਹਿੰਦਾ ਵੀ ਵੀਡੀਓ ਸਮਾਪਤ ਕਰਦਾ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਬਾਈ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ। ਆ ਪੱਤਰਕਾਰ ਹੈ ਤੂੰ ਹੁਣ ਚਾਹੀ ਕਰ ਦਿਓ ਬਣਾ ਦਿਓ ਚਾਹ ਯਾਰ ਨਹੀਂ ਬਾਪੂ ਅਸੀਂ ਚੱਲਦੇ ਹਾਂ ਕੋਈ ਗੱਲ ਨਹੀਂ ਅਰੇ ਪੀ ਲਓ ਚਾਹ ਯਾਰ ਬਣਾ ਲੈਣਾ ਦੇਖੋ ਚੱਲ ਪੀ ਲਓ ਫਿਰ ਥੋੜੀ ਥੋੜੀ ਬਾਬਾ ਕੋਈ ਗੱਲ ਨਹੀਂ ਹੁਣ ਤੈਨੂੰ ਪਿਆਰ ਨਾਲ ਕਿੰਨਾ ਪਿਆਰ ਕਰਦੇ ਤਨਖਾਹ ਕਿਵੇਂ ਲਿਜਾ ਪੱਤਰਕਾਰ ਨੇ